ਹਾਂਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਆਪਣੇ ਚੈਨਲ ਫਸਟ ਚੋਇਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਜਿਹੜੇ ਵਿਊਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਬਹੁਤ ਹੀ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ, ਕੈਸ਼ ਔਨ ਡਿਲੀਵਰੀ ਨਹੀਂ ਹੈਗੀ। ਗੂਗਲ ਪੇ ਕਰ ਸਕਦੇ ਹੋ, ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ। ਜਿਹੜਾ ਵੀ ਸੂਟ ਪਸੰਦ ਆਉਂਦਾ ਤੁਸੀਂ ਉਹਦਾ ਸਕਰੀਨਸ਼ਾਟ ਲੈਣਾ, ਇਸ ਨੰਬਰ ਤੇ WhatsApp ਕਰਨਾ, ਅਸੀਂ ਤੁਹਾਨੂੰ ਇੱਕ ਨੰਬਰ ਦੇਵਾਂਗੇ, ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਉਣੀ ਹੈ, ਐਡਰੈਸ ਭੇਜਣਾ, ਸੂਟ ਤੁਹਾਡੇ ਘਰ ਪਹੁੰਚੇਗਾ, ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ। ਵੀਡੀਓ ਦੀ ਟਾਈਮਿੰਗ ਹੈਗੀ ਹੈ ਜੀ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ, ਸੋ ਟਾਈਮ 'ਚੋਂ ਟਾਈਮ ਕੱਢ ਕੇ ਵੀਡੀਓ ਜ਼ਰੂਰ ਦੇਖਿਓ। ਅਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਬੰਬ ਸੂਟ ਲੈ ਕੇ ਆਏ ਹਾਂ, ਬਹੁਤ ਹੀ ਏ ਕਲਾਸ ਸੂਟ ਲੈ ਕੇ ਆਏ ਹਾਂ, ਅਤੇ ਤੁਸੀਂ ਵੀਡੀਓ ਨੂੰ ਆ ਜਿਹੜੀ ਉਹ ਪੂਰੀ ਧਿਆਨ ਨਾਲ ਦੇਖਣਾ ਹੈ, ਬਿਲਕੁਲ ਵੀ ਸਕਿੱਪ ਨਾ ਕਰਿਓ। ਲਓ ਜੀ, ਪਹਿਲਾ ਹੀ ਸੂਟ ਹੈਗਾ ਜਿਹੜਾ ਉਹ ਹੈ ਟੈਬੀ ਦੇ ਵਿੱਚ। ਅੱਜ ਕੱਲ੍ਹ ਟੈਬੀ ਦਾ ਬਹੁਤ ਜ਼ੋਰ ਹੈ, ਬਹੁਤ ਵਾਇਰਲ ਹੋ ਰਿਹਾ ਇਹ ਕੱਪੜਾ, ਬਹੁਤ ਸੋਹਣਾ ਕੱਪੜਾ ਹੈ ਅਤੇ ਬਹੁਤ ਹੀ ਖੂਬਸੂਰਤ, ਤੁਸੀਂ ਦੇਖ ਹੀ ਰਹੇ ਹੋ, ਬਹੁਤ ਜ਼ਿਆਦਾ ਖੂਬਸੂਰਤ ਕਲਰ ਹੈਗਾ। ਤਾਂ ਆਫ ਵਾਈਟ ਜਿਹਾ ਬੇਸ ਹੈ ਉਹਦਾ, ਕਲਰ ਤੁਸੀਂ ਵਿੱਚ ਦੇਖ ਲਓ ਕਿੰਨੇ ਸੋਹਣੇ ਲੱਗਦੇ ਆ, ਬਹੁਤ ਜ਼ਬਰਦਸਤ ਪ੍ਰਿੰਟਿੰਗ ਹੈਗੀ ਹੈ ਅਤੇ ਕੱਪੜਾ ਵੀ ਬਹੁਤ ਫੰਨੇ ਖਾਂ ਮਿਲੂਗਾ ਤੁਹਾਨੂੰ ਇਹਦੇ ਨਾਲ। ਵਿੱਚ ਲਾਈਨਾਂ ਵਾਲੀ ਟੈਬੀ ਆਉਂਦੀ ਅੱਜ ਕੱਲ੍ਹ, ਹੈ ਨਾ, ਅਤੇ ਬਹੁਤ ਜ਼ਿਆਦਾ ਸੋਹਣਾ ਲੱਗਦਾ, ਪ੍ਰਿੰਟ ਦੇਖ ਲਓ, ਤੁਸੀਂ ਦੇਖ ਸਕਦੇ ਹੋ। ਬੀਬੀ ਤੁਹਾਨੂੰ ਪੂਰਾ ਐਂ ਜ਼ੂਮ ਕਰ ਕਰਕੇ, ਨੇੜੇ ਕਰ ਕਰਕੇ ਦਿਖਾ ਵੀ ਰਹੀ ਹੈ ਸਾਰਾ। ਅਤੇ ਨਾਲ ਮਿਲੂਗੀ ਜੀ ਆਫ ਵਾਈਟ ਸਲਵਾਰ, ਅਤੇ 2.5 ਮੀਟਰ ਤੋਂ ਜ਼ਿਆਦਾ ਮਿਲੂਗੀ, 3 ਮੀਟਰ ਤੋਂ ਥੋੜ੍ਹੀ ਬਹੁਤੀ ਘੱਟ ਹੋਊਗੀ, ਪਰ 2.5 ਮੀਟਰ ਤੋਂ ਤੁਹਾਨੂੰ ਵੱਧ ਮਿਲੂਗੀ। ਜਿਵੇਂ ਬਹੁਤ ਸਾਰੀਆਂ ਭੈਣਾਂ ਨਾ ਬਾਹਰਲੀਆਂ ਜਦੋਂ ਸੂਟ ਲੈਂਦੀਆਂ ਨੇ ਤਾਂ ਉਹਨਾਂ ਨੂੰ ਚਾਹੀਦੀ ਹੁੰਦੀ ਹੈ ਕਿ ਸਲਵਾਰ ਹੈ ਜਿਹੜੀ ਉਹ ਸਾਨੂੰ 3 ਮੀਟਰ ਦਿਓ, 2.5 ਸਾਨੂੰ ਘੱਟ ਰਹਿੰਦੀ ਹੈ। ਸੋ ਆਪਾਂ ਨਾਪ ਦਿੰਦੇ ਹਾਂ, ਇਹ ਸਲਵਾਰ ਹੈ ਜਿਹੜੀ ਮੈਨੂੰ ਲੱਗ ਰਹੀ ਹੈ ਕਿ ਇਹ 2.5 ਤੋਂ ਜ਼ਿਆਦਾ, 3 ਮੀਟਰ ਤੋਂ ਥੋੜ੍ਹੀ ਜਿਹੀ ਤੁਹਾਨੂੰ ਘੱਟ ਮਿਲੂਗੀ, ਪਰ 2.5 ਤੋਂ ਤੁਹਾਨੂੰ ਜ਼ਿਆਦਾ ਮਿਲੂਗੀ। ਅਤੇ ਲਓ ਜੀ, ਤੁਸੀਂ ਬੇਫਿਕਰ ਹੋ ਕੇ ਜਿਹੜਾ ਸੂਟ ਹੈ ਉਹ ਲੈ ਸਕਦੇ ਹੋ, ਕਾਫੀ ਜ਼ਿਆਦਾ ਸੋਹਣਾ ਸੂਟ ਹੈ। ਅਤੇ ਬੇਸ ਹੈ ਜਿਹੜਾ ਸਲਵਾਰ ਦਾ, ਉਹ ਵੀ ਐਂ ਨਹੀਂ ਹੈਗਾ ਕਿ ਤੁਹਾਨੂੰ ਲਾਈਨਿੰਗ ਲਾਉਣੀ ਪਵੇ, ਮਸਲੀਨ ਦੀ ਸਲਵਾਰ ਹੈ, ਲਾਈਨਿੰਗ ਦੀ ਤੁਹਾਨੂੰ ਜਮ੍ਹਾਂ ਵੀ ਲੋੜ ਨਹੀਂ ਪੈਣੀ ਹੈਗੀ। ਟੈਬੀ ਦਾ ਸ਼ਰਟ ਹੈ ਅਤੇ ਮਸਲੀਨ ਦੀ ਸਲਵਾਰ ਹੈ, ਅਤੇ ਸਲਵਾਰ ਬਿਲਕੁਲ ਵੀ ਟਰਾਂਸਪੇਰੈਂਟ ਨਹੀਂ ਹੈਗੀ, ਇੰਨੀ ਜ਼ਿਆਦਾ ਸੋਹਣੀ ਮਸਲੀਨ ਹੈ, ਸੋਫਟ, ਤੁਸੀਂ ਸੋਫਟਨੈਸ ਦਾ ਤੁਹਾਨੂੰ ਵੀਡੀਓ ਦੇਖ ਕੇ ਪਤਾ ਲੱਗ ਜਾਂਦਾ ਹੁੰਦਾ ਹੈ ਨਾ। ਦੇਖ ਲਓ ਤੁਸੀਂ, 3 ਮੀਟਰ ਤੋਂ ਸਿਰਫ ਇੰਨੀ ਕੁ ਘੱਟ ਹੈ ਜਿੰਨੀ ਮੈਂ ਤੁਹਾਨੂੰ ਦਿਖਾ ਰਹੀ ਹਾਂ, ਮਾੜੀ ਜਿਹੀ ਘੱਟ ਹੈ 3 ਮੀਟਰ ਤੋਂ, ਕਾਫੀ ਖੁੱਲੀ ਡੁੱਲੀ ਤੁਹਾਡੀ ਸਲਵਾਰ ਬਣਨੀ ਆ। 2.5 ਮੀਟਰ ਦਾ ਸ਼ਰਟ ਮਿਲ ਜੂਗਾ, ਅਤੇ ਸਲਵਾਰ ਮਿਲੂਗੀ ਤੁਹਾਨੂੰ 3 ਮੀਟਰ ਦੀ, 3 ਮੀਟਰ ਤੋਂ ਥੋੜ੍ਹੀ ਜਿਹੀ ਘੱਟ। ਅਤੇ ਕਲਰ ਜਿਹੜਾ ਤੁਸੀਂ ਦੇਖ ਰਹੇ ਹੋ ਬਸ ਸੇਮ ਕਲਰ ਹੈ, ਬਿਲਕੁਲ ਕੈਮਰਾ ਤੁਹਾਨੂੰ ਸਹੀ ਦਿਖਾ ਰਿਹਾ ਹੁਣ। ਅਤੇ ਇੰਨਾ ਸਰਦਾਰੀ ਲੁੱਕ ਦਾ ਸੂਟ ਹੈ, ਇੰਨਾ ਸਰਦਾਰੀ ਲੁੱਕ ਦਾ ਸੂਟ ਹੈ, ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦੀ ਹੈਗੀ। ਅਤੇ ਲਓ ਜੀ, ਨੇੜੇ ਕਰਕੇ ਤੁਹਾਨੂੰ ਬੀਬੀ ਨੇ ਦਿਖਾ ਵੀ ਦਿੱਤਾ ਕਿ ਕਿੰਨਾ ਸੋਹਣਾ ਲੱਗ ਰਿਹਾ ਇਹ ਸੂਟ। ਚਲੋ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਇਹਦਾ ਦੁਪੱਟਾ। ਟਾਈਮ ਨਾ ਲਾਇਓ, ਫਟਾਫਟ ਚੂਜ਼ ਕਰ ਲਿਓ, ਕਿਉਂਕਿ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਵੀ ਮੇਰੇ ਕੋਲ 3 ਸੂਟ ਸੀਗੇ ਵੱਡੇ ਵੱਡੇ ਪ੍ਰਿੰਟ ਦੇ, ਬੜੇ ਸੋਹਣੇ, ਅਤੇ ਪਰ ਬਹੁਤ ਭੈਣਾਂ ਨੇ ਮੰਗੇ ਅਤੇ ਦੁਬਾਰਾ ਤੋਂ ਰੀਸਟੋਕ ਐਡੀ ਛੇਤੀ ਨਹੀਂ ਹੁੰਦਾ ਹੁੰਦਾ, ਪਰ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਦੁਬਾਰਾ ਤੋਂ ਉਹ ਵੀ ਲੈ ਕੇ ਆਵਾਂ, ਕਿਉਂਕਿ ਕਾਫੀ ਭੈਣਾਂ ਨੂੰ ਉਹਦੀ ਜ਼ਰੂਰਤ ਸੀਗੀ। ਪਰ ਪਹਿਲੇ ਦਿਨ ਵੀ ਸਾਨੂੰ ਉਹ 3 ਹੀ ਸੂਟ ਮਿਲੇ ਸੀਗੇ ਜਦੋਂ ਮੈਂ ਲੈ ਕੇ ਆਈ ਸੀ, ਠੀਕ ਹੈ ਜੀ। ਅਤੇ ਇਹ ਵਾਲੇ ਸੂਟ ਆ ਜਿਹੜੇ, ਆਹ ਦੇਖੋ, ਇਸ ਤਰ੍ਹਾਂ ਦੀ ਲੁੱਕ ਆਉਣੀ ਆ ਜਦੋਂ ਤੁਸੀਂ ਇਹਦੇ ਨੀਚੇ ਇਸ ਤਰ੍ਹਾਂ ਦੀ ਲਾਈਨਿੰਗ ਲਾਓਗੇ, ਕਿਉਂਕਿ ਲਾਈਨਿੰਗ ਤੋਂ ਬਿਨਾਂ ਸ਼ਰਟ ਨਹੀਂ ਬਣਨੀ ਹੈਗੀ, ਸ਼ਰਟ ਦੇ ਨੀਚੇ ਲਾਈਨਿੰਗ ਲੱਗੂਗੀ ਅਤੇ ਸ਼ਰਟ ਦੀ ਇੱਦਾਂ ਲੁੱਕ ਆਊਗੀ। ਲਓ ਜੀ, ਹੁਣ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਦੁਪੱਟਾ। ਅਤੇ ਦੁਪੱਟਾ ਵੀ ਇਹਦਾ ਟੈਬੀ ਦੇ ਵਿੱਚ ਹੀ ਰਹੂਗਾ, ਦੁਪੱਟਾ ਵੀ ਬਹੁਤ ਖੂਬਸੂਰਤ ਹੈ, ਬਹੁਤ ਜ਼ਿਆਦਾ ਸੋਹਣਾ ਦੁਪੱਟਾ ਹੈ, ਕਿਸੇ ਪਾਸੇ ਕੋਈ ਕਮੀ ਨਹੀਂ ਹੈ। 2.5 ਮੀਟਰ ਦਾ ਮਿਲੂਗਾ ਜੀ ਤੁਹਾਨੂੰ ਦੁਪੱਟਾ, ਅਤੇ 2.5 ਮੀਟਰ ਤੋਂ ਬਿਲਕੁਲ ਘੱਟ ਨਹੀਂ ਮਿਲਦਾ ਹੈਗਾ, ਬਹੁਤ ਸੋਹਣਾ ਸੂਟ ਹੈ। ਅਤੇ ਮਿੰਟ ਲਾਓ ਤੁਸੀਂ ਇੱਕ ਚੂਜ਼ ਕਰਨ ਲੱਗੇ, ਅਤੇ ਮੈਂ ਬੜੀ ਮਿਹਨਤ ਦੇ ਨਾਲ ਸਿਲੈਕਟ ਕਰ ਕਰਕੇ ਸੂਟ ਲੈ ਕੇ ਆਈ ਹਾਂ, ਐਂ ਨਹੀਂ ਹੈਗਾ ਵੀ ਗਈ ਅਤੇ ਜਿਹੜਾ ਮਰਜ਼ੀ ਚੱਕ ਲਈ, ਇੱਦਾਂ ਆਪਾਂ ਸੂਟ ਨਹੀਂ ਲਏਗੇ, ਇਹ ਸੋਚ ਸੋਚ ਕੇ ਲੈਂਦੇ ਹਾਂ ਕਿ ਜੇ ਆਪ ਪਾਉਣੇ ਹੋਣ ਤਾਂ ਇੱਦਾਂ ਦੇ ਹੀ ਸੂਟ ਪਾਈਏ, ਤਾਂ ਤੁਸੀਂ ਇਹਨੂੰ ਬੇਫਿਕਰ ਹੋ ਕੇ ਲੈ ਸਕਦੇ ਹੋ।
ਸਟੱਫ ਦੇ ਵਿੱਚ ਕੋਈ ਕਮੀ ਨਹੀਂ ਹੈ, ਕੱਪੜੇ ਦੀ ਲੈਂਥ ਦੇ ਵਿੱਚ ਕੋਈ ਕਮੀ ਨਹੀਂ ਹੈ, ਅਤੇ ਕਲਰ ਪ੍ਰਿੰਟਿੰਗ ਤਾਂ ਤੁਹਾਨੂੰ ਦੇਖ ਹੀ ਰਹੀ ਹੈ ਕਿੰਨੀ ਸੋਹਣੀ ਆ। ਠੀਕ ਹੈ ਜੀ, ਅਤੇ ਇਹਦੀ ਪ੍ਰਾਈਸ ਰਹੂਗੀ ਜੀ 2075 ਰੁਪਏ। ਇਹ ਸੂਟ ਤੁਹਾਨੂੰ 2075 ਦੇ ਵਿੱਚ ਮਿਲ ਜਾਣਾ। ਨੈਕਸਟ ਸੂਟ ਦੇਖ ਲਓ, ਅਗਲਾ ਕਲਰ ਪ੍ਰਿੰਟਿੰਗ ਸੇਮ ਰਹੂਗੀ ਪਰ ਜਿਹੜਾ ਕਲਰ ਹੈਗਾ ਉਹ 'ਚ ਫਰਕ ਪੈ ਜੂ। ਲਓ ਵੀ ਨੈਕਸਟ ਸੂਟ ਪੀਕੋਕ ਸ਼ੇਡ, ਬਹੁਤ ਜ਼ਿਆਦਾ ਖੂਬਸੂਰਤ। ਜਿਹਨਾਂ ਨੂੰ ਡਾਰਕ ਕਲਰ ਪਸੰਦ ਹੈ ਉਹ ਇਹ ਵਾਲਾ ਸੂਟ ਆ ਜਿਹੜਾ ਉਹ ਸਿਲੈਕਟ ਕਰ ਸਕਦੇ ਨੇ। ਬਹੁਤ ਜ਼ਿਆਦਾ ਸੋਹਣਾ ਸੂਟ ਹੈ, ਜ਼ਬਰਦਸਤ ਪ੍ਰਿੰਟਿੰਗ, ਬਹੁਤ ਸੋਹਣੀ ਪ੍ਰਿੰਟਿੰਗ ਹੈ। ਪੀਕੋਕ ਸ਼ੇਡ ਹੈਗਾ, ਪਿਆਰਾ ਜਿਹਾ ਸੂਟ ਹੈ ਅਤੇ ਪ੍ਰਿੰਟਿੰਗ ਤਾਂ ਬਸ ਕਹਿਣਾ ਹੀ ਕੀ ਹੈ, ਇੰਨਾ ਜ਼ਿਆਦਾ ਸੋਹਣੀ ਲੁੱਕ ਦਾ ਸੂਟ ਹੈ। ਨਾਲ ਹੀ ਰਹੂਗੀ ਜੀ, ਬਹੁਤ ਸੋਹਣੀ ਮਸਲੀਨ ਹੈ, ਸ਼ਾਈਨ ਕਰਦੀ ਮਸਲੀਨ ਹੈ, ਲਾਈਨਿੰਗ ਦੀ ਜਮ੍ਹਾਂ ਹੀ ਲੋੜ ਨਹੀਂ ਹੈਗੀ। ਸਲਵਾਰ ਦਾ ਕਲਰ, ਸ਼ਰਟ ਦਾ ਕਲਰ ਜਮ੍ਹਾਂ ਸਹੀ ਦੇਖ ਰਹੇ ਹੋ ਅਤੇ 3 ਮੀਟਰ ਦੇ ਲਗਭਗ ਸਲਵਾਰ ਮਿਲੂਗੀ ਤੁਹਾਨੂੰ, ਥੋੜ੍ਹੀ ਬਹੁਤੀ ਘੱਟ ਹੋ ਸਕਦੀ ਹੈ, ਜ਼ਿਆਦਾ ਘੱਟ ਨਹੀਂ ਹੈਗੀ। ਅਤੇ ਟੈਬੀ ਦਾ ਸ਼ਰਟ ਅਤੇ ਟੈਬੀ ਦਾ ਦੁਪੱਟਾ, ਮਸਲੀਨ ਦੀ ਸਲਵਾਰ। ਹੁਣ ਤੁਸੀਂ ਦੁਪੱਟਾ ਦੇਖ ਲਓ, ਬਹਿ ਜਾ ਕਰਦਾ ਦੁਪੱਟਾ, ਜਦੋਂ ਤੁਸੀਂ ਲਓਗੇ ਸਾਰੇ ਪੁੱਛਣਗੇ ਸੂਟ ਕਿੱਥੋਂ ਲਿਆ। ਠੀਕ ਹੈ ਜੀ, ਫਿਰ ਤੁਸੀਂ ਸਾਡਾ ਦੱਸ ਦਿਓ ਕਿ ਅਸੀਂ ਫਸਟ ਚੋਇਸ ਤੋਂ ਲਿਆ। ਠੀਕ ਹੈ ਜੀ, ਬਹੁਤ ਜ਼ਿਆਦਾ ਸੋਹਣਾ ਸੂਟ ਹੈਗਾ ਦੁਪੱਟੇ ਨਾਲ। ਆਹ ਦੇਖੋ ਲਾਈਨਾਂ ਵਾਲੀ ਟੈਬੀ, ਅੱਜ ਕੱਲ੍ਹ ਇਹੀ ਜ਼ਿਆਦਾ ਚੱਲੀ ਹੋਈ ਹੈ ਅਤੇ ਅਲੱਗ ਅਲੱਗ ਪ੍ਰਾਈਸਸ ਦੇ ਵਿੱਚ ਆ ਰਹੀ ਹੈ, ਮਹਿੰਗੀ ਸਸਤੀ, ਹੈ ਨਾ। ਪਰ ਜਿਹੜੀ 2075 ਵਾਲੀ ਹੈ, ਤੁਸੀਂ ਇਹ ਸੋਚਣਾ ਨਹੀਂ ਹੈਗਾ ਕਿ ਇਹ ਮਾੜੀ ਹੋਊਗੀ, ਮਾੜੀ ਨਹੀਂ ਹੈ, ਬਹੁਤ ਜ਼ਿਆਦਾ ਸੋਹਣੀ ਹੈ, ਬਹੁਤ ਜ਼ਬਰਦਸਤ ਹੈ। ਪ੍ਰਾਈਸ 2075 ਰੁਪਏ। ਠੀਕ ਹੈ ਜੀ, ਨੈਕਸਟ ਸੂਟ ਹੈਗਾ ਮਹਿੰਦੀ ਕਲਰ ਦੇ ਵਿੱਚ, ਬਹੁਤ ਜ਼ਿਆਦਾ ਸੋਹਣਾ ਕਲਰ ਹੈ, ਇਹ ਵੀ ਐਗਜੈਕਟ ਮਹਿੰਦੀ ਕਲਰ ਹੈ, ਪ੍ਰਿੰਟਿੰਗ ਬਹੁਤ ਸੋਹਣੀ ਹੈ, ਕਲਰ ਬਹੁਤ ਸੋਹਣਾ ਹੈ। ਲਾਈਨਾਂ ਵਾਲੀ ਟੈਬੀ, 3 ਹੀ ਸੂਟ ਆਪਣੇ ਕੋਲ, ਤਿੰਨਾਂ ਦਾ ਜਿਹੜਾ ਕਲਰ ਹੈਗਾ ਬਹੁਤ ਪਿਆਰਾ ਅਤੇ ਇਹ ਰਹੂਗੀ ਜੀ ਇਹਦੇ ਨਾਲ ਮਹਿੰਦੀ ਕਲਰ ਦੀ ਸਲਵਾਰ। ਤੁਹਾਨੂੰ ਸ਼ਾਈਨ ਦਿਖ ਰਹੀ ਹੈ ਇਹਦੀ, ਬੇਸ਼ੱਕ ਦੀ ਇਹ ਮਸਲੀਨ ਹੈ ਪਰ ਮਸਲੀਨ ਵੀ ਇਹੋ ਜਿਹੀ ਲੱਗਦੀ ਹੈ ਜਿਵੇਂ ਕਰੇਪ ਹੋਵੇ। ਅਤੇ ਨਾਲ ਇਹ ਰਹੂਗਾ ਜੀ ਟੈਬੀ ਦਾ ਦੁਪੱਟਾ, ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ ਹੈ, ਖੁੱਲ੍ਹਾ ਲੰਬਾ ਚੌੜਾ ਦੁਪੱਟਾ, 3 ਮੀਟਰ ਦੇ ਲਗਭਗ ਸਲਵਾਰ ਅਤੇ 2.5 ਮੀਟਰ ਦਾ ਸ਼ਰਟ ਅਤੇ 2.5 ਮੀਟਰ ਦਾ ਦੁਪੱਟਾ। ਟੈਬੀ ਸ਼ਰਟ, ਟੈਬੀ ਦੁਪੱਟਾ, ਮਸਲੀਨ ਸਲਵਾਰ। ਸ਼ਰਟ 'ਤੇ ਲਾਈਨਿੰਗ ਲਾਉਣੀ ਪਊਗੀ ਪਰ ਸਲਵਾਰ 'ਤੇ ਬਿਲਕੁਲ ਜ਼ਰੂਰਤ ਨਹੀਂ ਹੈਗੀ। ਪ੍ਰਾਈਸ ਰਹੂਗੀ 2075 ਰੁਪਏ। ਲਓ ਜੀ ਇਹ ਸੀ ਆਪਣੇ ਕੋਲ 3 ਸੂਟ ਟੈਬੀ 'ਚ। ਹੁਣ ਜਿਹੜੇ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਉਹ ਰਹਿਣਗੇ ਜੀ ਕੋਟਨ ਸ਼ਿਮਰ ਦੇ ਵਿੱਚ। ਕੋਟਨ ਸ਼ਿਮਰ ਵੀ ਅੱਜ ਕੱਲ੍ਹ ਬਹੁਤ ਤਹਿਲਕਾ ਮਚਾ ਰੱਖਿਆ ਕੋਟਨ ਸ਼ਿਮਰ ਨੇ ਵੀ, ਅਤੇ ਦੁਪੱਟਿਆਂ ਵਾਲੇ ਸੂਟ ਰਹਿਣਗੇ, ਆਲ ਓਵਰ ਸੂਟ ਰਹਿਣਗੇ। ਇਹਦੇ ਨਾਲ ਸਲਵਾਰ ਪਲੇਨ ਨਹੀਂ ਮਿਲੂਗੀ, ਇਹ ਆਲ ਓਵਰ ਸੂਟ ਮਿਲੂਗਾ। ਕਲਰ ਬਹੁਤ ਜ਼ਿਆਦਾ ਸੋਹਣਾ ਹੈ, ਗ੍ਰੇ ਕਲਰ ਹੈਗਾ, ਸਿਆਣਿਆਂ ਲਈ ਵੀ ਯੂਜ਼ ਹੁੰਦਾ, ਨਿਆਣਿਆਂ ਲਈ ਵੀ ਯੂਜ਼ ਹੁੰਦਾ, ਜਵਾਨਾਂ ਲਈ ਵੀ ਯੂਜ਼ ਹੁੰਦਾ, ਜਿਹੜਾ ਮਰਜ਼ੀ ਪਾਵੇ ਇਹਨੂੰ, ਸਾਰਿਆਂ ਲਈ ਬਹੁਤ ਫਿੱਟ ਰਹੂਗਾ। ਇਹ ਕਾਫੀ ਸੋਹਣਾ ਕਲਰ ਹੈਗਾ, ਵਿੱਚ ਜਿਹੜੇ ਕਲਰ ਹੈਗੇ ਨੇ ਨਾ ਉਹ ਗ੍ਰੇ ਕਲਰ ਨੂੰ ਡੋਮੀਨੇਟ ਕਰ ਦਿੰਦੇ ਨੇ ਅਤੇ ਕਾਫੀ ਵਧੀਆ ਲੱਗਦਾ ਹੈਗਾ ਕਲਰ ਇਹ। ਅਤੇ 5 ਮੀਟਰ ਤੋਂ ਜ਼ਿਆਦਾ ਮਿਲੂਗਾ ਤੁਹਾਨੂੰ ਕੱਪੜਾ। ਠੀਕ ਹੈ ਜੀ, ਨਾਪ ਲਈਏ ਆਪਾਂ, ਨਾਪ ਕੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੱਪੜਾ ਜਿਹੜਾ ਉਹ ਤੁਹਾਨੂੰ ਕਿੰਨਾ ਮਿਲੂਗਾ। ਕਾਫੀ ਜ਼ਿਆਦਾ ਖੁੱਲ੍ਹਾ ਡੁੱਲਾ ਕੱਪੜਾ ਹੈਗਾ ਇਹਦੇ ਵਿੱਚ, 5 ਮੀਟਰ ਤੋਂ ਤੁਹਾਨੂੰ ਜ਼ਿਆਦਾ ਕੱਪੜਾ ਮਿਲ ਜੂਗਾ। ਠੀਕ ਹੈ ਜੀ, ਬਹੁਤ ਹੀ ਪਿਆਰਾ ਜਿਹਾ ਸੂਟ ਹੈਗਾ। ਲਓ ਸ਼ਾਈਨ ਤੁਹਾਨੂੰ ਦਿਖ ਰਹੀ ਹੋਣੀ ਆ, ਲਾਈਨਾਂ ਵਾਲੀ ਹੈਗੀ ਹੈ ਵੀ ਕੋਟਨ ਸ਼ਿਮਰ ਅਤੇ ਵਿੱਚ ਇਹਦੇ ਸ਼ਾਈਨ ਹੁੰਦੀ ਹੈ, ਪਰ ਨਾ ਤਾਂ ਲਾਈਨਿੰਗ ਦੀ ਲੋੜ ਹੈ, ਨਾ ਸੀ ਥਰੂ ਹੈ ਅਤੇ ਨਾ ਹੀ ਇਹਦੇ ਵਿੱਚ ਚੁੱਭਣਾ ਹੈ। ਤੁਸੀਂ ਇਹ ਬਿਲਕੁਲ ਨਾ ਸੋਚਿਓ ਕਿ ਇਹ ਚੁੱਭੂਗਾ, ਚੁੱਭਦਾ ਬਿਲਕੁਲ ਨਹੀਂ ਹੈਗਾ।
ਤੇ ਪਰ ਇਹਦੇ ਵਿੱਚ ਹਲਕੀ ਹਲਕੀ ਸ਼ਾਈਨ ਹੁੰਦੀ ਹੈ ਸ਼ਿਮਰ ਦੇ ਵਿੱਚ, ਬਹੁਤ ਜ਼ਿਆਦਾ ਟੈਬੀ ਵਰਗੀ ਹੀ ਲੁੱਕ ਦੇ ਰਿਹਾ ਹੈ ਵੀ, ਕਿਉਂਕਿ ਇਹਦੇ ਵਿੱਚ ਵੀ ਲਾਈਨਸ ਨੇ ਉੱਦਾਂ ਹੀ ਟੈਬੀ ਦੀ ਤਰ੍ਹਾਂ। ਅਤੇ ਇਹ ਵਾਲੇ ਪ੍ਰਿੰਟ ਅੱਜ ਕੱਲ੍ਹ ਬਹੁਤ ਜ਼ਿਆਦਾ ਵਾਇਰਲ ਹੋਏ ਹੋਏ ਨੇ, ਬਹੁਤ ਸੋਹਣੇ ਲੱਗਦੇ ਨੇ ਇਹ ਪ੍ਰਿੰਟ। ਅਤੇ ਨਾਲ ਇਹਦੇ ਮਿਲੂਗਾ ਜੀ ਤੁਹਾਨੂੰ ਦੁਪੱਟਾ, ਦੁਪੱਟਾ ਮਿਲੂਗਾ ਤੁਹਾਨੂੰ ਟੈਬੀ ਦਾ, ਬਹੁਤ ਖੂਬਸੂਰਤ ਦੁਪੱਟਾ ਹੈ। ਦੇਖੋ ਦੁਪੱਟੇ ਦੀ ਨਾ ਤੁਸੀਂ ਡਿਜ਼ਾਇਨਿੰਗ ਦੇਖੋ, ਇੱਕ ਕੰਨੀ 'ਤੇ ਤਾਂ ਤੁਹਾਨੂੰ ਇਸ ਤਰ੍ਹਾਂ ਪ੍ਰਿੰਟ ਮਿਲੂਗਾ, ਇੱਕ ਸਾਈਡ 'ਤੇ ਤੁਹਾਨੂੰ ਇਸ ਤਰ੍ਹਾਂ ਲਾਈਨਸ ਮਿਲਣਗੀਆਂ ਇੱਕ ਕੰਨੀ 'ਤੇ। ਬੜਾ ਹੀ ਅਜੀਬ ਜਿਹੀ ਪ੍ਰਿੰਟਿੰਗ ਹੈਗੀ ਆ, ਬੜੀ ਸੋਹਣੀ ਜਿਹੀ ਪ੍ਰਿੰਟਿੰਗ ਹੈਗੀ ਆ ਇਹਦੀ ਦੁਪੱਟੇ ਦੀ। ਦੇਖੋ ਇੱਕ ਸਾਈਡ 'ਤੇ ਇਹ ਵਾਲਾ ਪ੍ਰਿੰਟ ਹੈ, ਬਹੁਤ ਖੂਬਸੂਰਤ ਲੱਗਦਾ, ਅਤੇ ਵਿੱਚ ਨੈਗੇਟਿਵ ਪ੍ਰਿੰਟ ਦਿਖ ਰਿਹਾ ਹਲਕਾ ਹਲਕਾ ਜਿਹਾ ਤੁਹਾਨੂੰ, ਮਿੱਠਾ ਮਿੱਠਾ ਜਿਹਾ। ਅਤੇ ਦੂਸਰੀ ਕੰਨੀ 'ਤੇ ਇਹ ਲਾਈਨਸ ਨੇ, ਦੇਖੋ ਕਿੰਨੀਆਂ ਪਿਆਰੀਆਂ ਨੇ, ਕਲਰਫੁੱਲ ਜੀਆਂ, ਬਿਲਕੁਲ ਡਿਫਰੈਂਟ ਡਿਜ਼ਾਈਨ ਹੈ ਦੁਪੱਟੇ ਦਾ, ਬਹੁਤ ਜ਼ਿਆਦਾ ਸੋਹਣਾ। 2.5 ਮੀਟਰ ਦਾ ਟੈਬੀ ਦਾ ਦੁਪੱਟਾ ਮਿਲੂਗਾ ਤੁਹਾਨੂੰ, ਕਲਰ ਤੁਸੀਂ ਦੇਖ ਹੀ ਲਿਆ, ਬਿਲਕੁਲ ਐਗਜੈਕਟ ਕਲਰ ਹੈ, ਵਿੱਚ ਲਾਈਨਸ ਵੀ ਦਿਖਦੀਆਂ ਨੇ ਜਿਸ ਤਰ੍ਹਾਂ ਦਾ ਕਲਰ ਤੁਸੀਂ ਦੇਖ ਰਹੇ ਹੋ ਵੀਡੀਓ 'ਚ, ਸੇਮ ਹੀ ਕਲਰ ਹੈ, ਭੋਰਾ ਵੀ ਫਰਕ ਨਹੀਂ ਮਿਲੂਗਾ ਇਹਦੇ ਨਾਲੋਂ ਤੁਹਾਨੂੰ, ਠੀਕ ਹੈ ਜੀ। ਕਾਫੀ ਜ਼ਿਆਦਾ ਸੋਹਣਾ ਸੂਟ ਹੈਗਾ ਇਹ।
1395 ਰੁਪਏ। ਲਓ ਜੀ ਅਗਲਾ ਸੂਟ, ਕਲਰ ਇਹ ਵੀ ਬਹੁਤ ਪਿਆਰਾ, ਅਨੀਅਨ ਸ਼ੇਡ ਹੈ। ਲਓ ਇਹ ਵਾਲਾ ਇਹਦਾ ਨੈਕ ਦਾ ਡਿਜ਼ਾਇਨ ਹੈ, ਠੀਕ ਹੈ, ਅਤੇ ਇਹ ਵਾਲਾ ਇਹਦਾ ਘੇਰੇ ਦਾ ਡਿਜ਼ਾਇਨ ਹੈ, ਠੀਕ ਹੈ ਜੀ। ਮੈਂ ਤੁਹਾਨੂੰ ਇਹਦੀ ਸਲਵਾਰ ਦਿਖਾ ਦਿੰਦੀ ਹਾਂ, ਸਲਵਾਰ ਇਹਦੀ ਇਹ ਵਾਲਾ ਸ਼ੇਡ ਹੈ ਅਨੀਅਨ ਸ਼ੇਡ, ਠੀਕ ਹੈ। ਫਰੰਟ ਬੈਕ 'ਤੇ ਲਾਈਨਿੰਗ ਲੱਗੂਗੀ, ਲਾਈਨਿੰਗ ਸਲਵਾਰ 'ਤੇ ਬਿਲਕੁਲ ਨਹੀਂ ਲੱਗੂਗੀ, ਸਲਵਾਰ 2.5+ ਮਿਲੂਗੀ, ਅਤੇ ਇਹ ਮਿਲੂਗਾ ਜੀ ਇਹਦੇ ਨਾਲ ਦੁਪੱਟਾ। ਦੁਪੱਟਾ ਆਪਾਂ ਨਾ ਖੋਲੀਏ, ਸਾਰੇ ਦੁਪੱਟੇ ਸੇਮ ਹੀ ਨੇ। ਅਤੇ ਅਗਲਾ ਸੂਟ ਇਹ ਵਾਲਾ ਗਰੇ ਸੂਟ ਹੈ, ਹਾਂ ਗਰੇ ਦੇ ਵਿੱਚ ਜਿਹੜੇ ਡੋਟਸ ਹੈ ਇਹ ਬਿਲਕੁਲ ਵਾਈਟ ਨਹੀਂ ਲੱਗ ਰਹੇ, ਹਲਕੇ ਜੀ ਗਰੇ ਦੀ ਟੱਚ ਹੀ ਲੱਗਦੀ ਹੈ ਆ ਡੋਟਸ ਦੇ ਵਿੱਚ, ਬਿਲਕੁਲ ਵਾਈਟ ਨਹੀਂ ਹੈਗੇ। ਅਤੇ ਆਹ ਹੈਗੀ ਹੈ ਜੀ ਇਹਦੇ ਨੀਚੇ ਦੀ ਡਿਜ਼ਾਇਨਿੰਗ, ਬਹੁਤ ਸੋਹਣਾ ਸੂਟ ਹੈ, ਸਟੱਫ ਬਹੁਤ ਸੋਹਣਾ ਹੈ। ਇਹ ਮਿਲੂਗਾ ਜੀ ਇਹਦੇ ਨਾਲ ਤੁਹਾਨੂੰ ਦੁਪੱਟਾ, ਠੀਕ ਹੈ। ਦੁਪੱਟੇ ਸਾਰਿਆਂ ਦੇ ਕਲਰ ਹੈ ਜਿਹੜੇ ਉਹ ਆਫ ਵਾਈਟ ਜਿਹੇ ਨੇ, ਅਤੇ ਉਹਨਾਂ ਦੇ ਵਿੱਚ ਪ੍ਰਿੰਟਿੰਗ ਹੈ, ਅਤੇ ਪ੍ਰਾਈਸ ਮਿਲੂਗੀ 1395 ਰੁਪਏ, ਠੀਕ ਹੈ ਜੀ। ਅਤੇ ਅੱਜ ਮੈਂ ਇੱਕ ਗੱਲ ਤੁਹਾਨੂੰ ਕਹਿਣਾ ਭੁੱਲ ਗਈ ਕਿ ਆਪਾਂ ਬੈਸਟ ਕਮੈਂਟਰ ਦਾ ਜਿਹੜਾ ਅਵਾਰਡ ਕੱਢਦੇ ਹੁੰਦੇ ਹਾਂ ਉਹ ਕਾਫੀ ਦਿਨ ਹੋ ਗਏ, ਕਾਫੀ ਲੇਟ ਹੋ ਗਿਆ, ਅਤੇ ਅੱਜ ਆਪਾਂ ਉਹ ਵੀ ਕੱਢਦੇ ਹਾਂ, ਠੀਕ ਹੈ ਜੀ। ਹੁਣ ਮੈਂ ਕੋਸ਼ਿਸ਼ ਕਰਿਆ ਕਰੂੰਗੀ, ਮੈਂ 15 ਦਿਨਾਂ ਬਾਅਦ ਹੀ ਕੱਢਿਆ ਕਰਾਂ, ਠੀਕ ਹੈ, ਹਰ ਸੰਡੇ ਨੂੰ, ਹਰ ਸੰਡੇ ਨਹੀਂ ਮਤਲਬ ਇੱਕ ਸੰਡੇ ਵਿੱਚ ਛੱਡ ਕੇ, ਅਤੇ 4 ਸੰਡੇ ਹੁੰਦੇ ਨੇ ਮਹੀਨੇ ਦੇ ਵਿੱਚ, ਮੈਂ ਇੱਕ ਸੰਡੇ ਛੱਡ ਕੇ ਯਾਨੀ 15 ਦਿਨਾਂ ਬਾਅਦ ਆਪਾਂ ਇਹ ਬੈਸਟ ਕਮੈਂਟਰ ਦਾ ਜਿਹੜਾ ਅਵਾਰਡ ਕੱਢਦੇ ਹਾਂ ਇਹ ਜ਼ਰੂਰ ਕੱਢਿਆ ਕਰਾਂਗੇ। ਸੋ ਅੱਜ ਆਪਾਂ ਫੇਰ ਕੱਢਦੇ ਹਾਂ ਇਹ, ਲਓ ਤੁਹਾਨੂੰ ਦਿਖਾਉਂਦੇ ਹਾਂ, ਲੈ ਵੀ ਇੱਧਰ ਨੂੰ ਐਂ ਕਰ ਲਾ, ਇੱਥੇ ਖੜੀ ਰਹਿ, ਲਓ ਜੀ ਆਪਾਂ ਇਸ ਮਹੀਨੇ ਦੀ ਕੋਈ ਵੀ ਵੀਡੀਓ ਜਿਹੜੀ ਉਹ ਚੱਕ ਲੈਂਦੇ ਹਾਂ, ਠੀਕ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਲਓ ਵੀ ਇਹਨੂੰ ਕਰਦੇ ਹਾਂ ਆਪਾਂ ਬੰਦ, ਅਤੇ ਹੁਣ ਆਪਾਂ ਕੱਢਦੇ ਹਾਂ ਕਮੈਂਟ, ਅਤੇ ਸਾਰੇ ਨੀਚੇ ਚੱਲਦੇ ਹਾਂ ਹੁਣ ਆਪਾਂ ਪਹਿਲਾਂ। ਲਓ ਜੀ ਇਸ ਤਰ੍ਹਾਂ ਕਰਕੇ ਆਪਾਂ ਦੇਖਦੇ ਹਾਂ। ਮਨਜੀਤ ਮਾਨ 9303 ਉਹਨਾਂ ਦਾ ਸਕਰੀਨਸ਼ੋਟ ਲੈ ਲਿਆ ਆਪਾਂ, ਅਤੇ ਕਮੈਂਟ ਦੇਖ ਲੈਂਦੇ ਹਾਂ। 100+ ਨੇ ਜੀ। ਚਲੋ ਨੈਕਸਟ ਦੇਖਦੇ ਹਾਂ ਜੀ। ਏ ਡੀ ਚੀਮਾ 7763 100+ ਕਮੈਂਟ ਨੇ ਜੀ, ਸਕਰੀਨਸ਼ੋਟ ਲੈ ਲਿਆ ਆਪਾਂ। ਹੁਣ ਆਪਾਂ ਨੈਕਸਟ ਦੇਖ ਲੈਂਦੇ ਹਾਂ। ਲਓ ਜੀ ਅਮਨ 77 ਕੌਰ 100+। ਲਓ ਜੀ ਤਿੰਨਾਂ ਦੇ ਸਕਰੀਨਸ਼ੋਟ ਹੋ ਗਏ ਨੇ, ਹੁਣ ਮੈਂ ਲਿਪਾਂ ਬਣਾ ਲੈਂਦੀ ਹਾਂ। ਕਮੈਂਟ 100+ 100 ਤੋਂ ਜ਼ਿਆਦਾ ਜ਼ਿਆਦਾ ਸਾਰਿਆਂ ਦੇ, 100 ਤੋਂ ਮਤਲਬ। ਲਓ ਜੀ ਤਿੰਨ ਸਲਿੱਪਾਂ ਬਣਾ ਲੈਂਦੇ ਹਾਂ ਆਪਾਂ। ਮਨਜੀਤ ਮਾਨ ਏ ਡੀ ਚੀਮਾ ਐਂਡ ਅਮਨ ਕੌਰ
ਠੀਕ ਹੈ ਜੀ, ਦੋ ਤਿੰਨ ਸਲਿੱਪਾਂ ਬਣਾ ਲਈਆਂ। ਇਹਨਾਂ ਨੂੰ ਆਪਾਂ ਕਰ ਦਿੰਦੇ ਹਾਂ ਫੋਲਡ। ਓਹੋ ਬਾਹਰ ਨੂੰ ਆ ਗਿਆ ਨਾ। ਲਓ ਲਓ ਜੀ, ਸਿੱਟ ਦਿੰਦੇ ਹਾਂ ਤਿੰਨੇ ਆਪਾਂ। ਲਓ ਵਾਹਿਗੁਰੂ। ਲਓ ਜੀ, ਅਮਨ ਕੌਰ, ਅਮਨ 77 ਕੌਰ ਆਈਡੀ ਹੈ ਇਹਨਾਂ ਦੀ, ਅਤੇ ਆਪਾਂ ਇਹਨਾਂ ਨੂੰ ਸੂਟ ਦੇ ਰਹੇ ਹਾਂ ਅੱਜ। ਮੁਬਾਰਕਾਂ ਜੀ ਬਹੁਤ ਬਹੁਤ ਅਮਨ ਕੌਰ ਜੀ, ਅਤੇ ਥੈਂਕ ਯੂ ਸੋ ਮੱਚ, ਤੁਸੀਂ ਸਾਨੂੰ ਇੰਨੀ ਸਪੋਰਟ ਕਰਦੇ ਹੋ। ਅਤੇ ਕੋਈ ਗੱਲ ਨਹੀਂ ਜੀ, ਬਾਕੀਆਂ ਨੂੰ ਵੀ ਨਿਕਲੂਗਾ, ਸਾਰੇ ਆਪਣੇ ਜਿਹੜੇ ਕਮੈਂਟ ਆ ਕਰਦੇ ਰਹੇ ਹੋ। ਹੁਣ ਆਪਾਂ 15 ਦਿਨਾਂ ਬਾਅਦ ਇਹ ਅਵਾਰਡ ਆ ਜਿਹੜਾ ਜ਼ਰੂਰ ਕੱਢਿਆ ਕਰਾਂਗੇ। ਲਓ ਅੱਜ ਜਿਹੜਾ ਸੂਟ ਅਸੀਂ ਅਮਨ ਮਾਨ ਜੀ ਨੂੰ ਭੇਜ ਰਹੇ ਹਾਂ ਉਹ ਤੁਹਾਨੂੰ ਦਿਖਾ ਦਈਏ, ਕਾਫੀ ਵਧੀਆ ਜਿਹੜਾ ਸੂਟ ਹੈਗਾ। ਲਓ ਬਿਲਕੁਲ ਕੋਟਨ ਦਾ ਸੂਟ ਭੇਜ ਰਹੇ ਹਾਂ ਉਹਨਾਂ ਨੂੰ, ਬਹੁਤ ਸੋਹਣਾ ਜਿਹਾ। ਆਪਦੇ ਵੱਲੋਂ ਅਸੀਂ ਪੂਰੀ ਟਰਾਈ ਕੀਤੀ ਹੈ ਕਿ ਤੁਹਾਨੂੰ ਬਹੁਤ ਸੋਹਣਾ ਜਿਹਾ ਸੂਟ ਭੇਜੀਏ, ਬੈਕ ਸਾਈਡ ਵੀ ਦਿਖਾ ਦਈਏ ਇਹਦੀ। ਪਹਿਲਾਂ ਵੀਡੀਓਜ਼ ਦੇ ਵਿੱਚ ਪਾਇਆ ਹੋਇਆ ਇਹ ਸੂਟ ਆਪਾਂ। ਆਹ ਲਓ ਜੀ, ਇਹ ਸਲਵਾਰ ਹੈਗੀ ਆ ਇਹਦੀ, ਅਤੇ ਇਹ ਹੈ ਜੀ ਉਹਨਾਂ ਨੂੰ ਮਿਲੂਗਾ ਪਿਓਰ ਦਾ ਦੁਪੱਟਾ ਨਾਲ, ਠੀਕ ਹੈ ਜੀ। ਲਓ ਬਾਕੀ ਤਾਂ ਅਮਨ ਆਪ ਦੱਸਣਗੇ ਜਦੋਂ ਉਹਨਾਂ ਕੋਲ ਪਹੁੰਚੂਗਾ, ਉਹਨਾਂ ਨੂੰ ਪਸੰਦ ਆਇਆ ਜਾਂ ਨਹੀਂ ਆਇਆ, ਪਰ ਆਪਣੇ ਵੱਲੋਂ ਅਸੀਂ ਪੂਰੀ ਟਰਾਈ ਕੀਤੀ ਹੈ, ਠੀਕ ਹੈ ਜੀ। ਹੁਣ ਅਮਨ ਕੌਰ ਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਅਤੇ ਤੁਸੀਂ ਸਭ ਤੋਂ ਪਹਿਲਾਂ ਸਾਨੂੰ ਆਪਣੀ ਆਈਡੀ ਦਾ ਸਕਰੀਨਸ਼ੋਟ ਲੈ ਕੇ ਜ਼ਰੂਰ ਭੇਜ ਦਿਓ, ਸਾਡੇ ਨਾਲ ਕੰਟੈਕਟ ਕਰਿਓ ਤਾਂ ਕਿ ਅਸੀਂ ਤੁਹਾਨੂੰ ਸੂਟ ਭੇਜ ਸਕੀਏ, ਠੀਕ ਹੈ ਜੀ। ਚਲੋ ਫਿਰ ਮਿਲਦੇ ਹਾਂ ਆਪਾਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।